बाजी और लुके पटे पैसे निकाल निकाल पांच रुपया फेवी क्विक कुछ भी जोड़े पांच रुपए में मुन्नी बदनाम हुई डार्लिंग तेरे हाँ जी सत श्रीकाल जी सारा मेरा नाम जी गुरप्रीत सिंह वेलकम टू अनदर ब्लॉग अज आप चलेंगे गोल पार्क दे विच जो कि धूरी दे विच आ ते उसे जगह आप करांगे शूट अपने होर भी दो तीन दोस्त आउणगे उन्हां नाल करांगे ब्लॉग का शूट आई होप कि यह ब्लॉग तुहानू पहला बार की तरह ब्लॉग चंगा लगेगा तो चलो मिल जाए वीडियो के एंड दे विच सत श्रीकाल जी आप हम जा रहे हैं पार्क के नड़े बनावे ब्लॉग से अपने आड़िया मिलने वास्ते जा रहे हैं सैकल से जा रहे हैं पार्क के हम सीधा पार्क च जाके सैकल रोकांगे अपने नाल मुंडा भी है आकाश कुमार अक्षय कुमार इंस्टाग्राम से आईडी चेक कर लियो तो मेरी तुहानू पती है जा रहे हैं आप पार्क च लो जी आप पहुंच गए अपने बाई के घरे जोनी के घरे आप वेट कर रहे हैं बस आ ही रहा बाहर नाले पानी लैके होगा पिलाने वास्ते उधर सामने वाला घर आ बाई का देख रहे किन्ने टाइम तक आने का किता है आ गया हाँ भी कि वधिया पानी पीना उधर चल रहे विआह पिछे अपने ढोल बज रहा देखो गोली दा विआह गोली दा रंग काला रहा पर इधर इधर पूरा करूंगा लो जी आपां बैठदे आं हाली आउट दे विच उस तो बाद गल्लां करदे आं ते इंस्टाग्राम दी आईडी साडे तिन्नां दी दसदे आं पहले बह जा टिके मैं ए जेड़ा अपना बाई बैठा जोनी एदी टैगी आ गुरप्रीत सिंह जोनी ठीक है ते जेड़ा इधर बैठा अक्षय कुमार आ बाई दी है अक्षय कुमार अंडरस्कोर DW तुसी चेक कर लियो ते मेरी थोनू पती है आई गुरप्रीत सिंह अंडरस्कोर DW ते कर दिया ब्लॉग की शुरुआत है वैसे शुरुआत तो हो ही चुकी है हेलो रैपर नू फोन करके बुलाना मैं हां भाई किथे आ YouTube ते तेनू याद कर रहे लोग यार सारे तू किथे आ तेरा चेहरा देखने वास्ते तैयार बैठे ने मंदिर कोल आ गए ना तू सीधा मेरे डैडी डैडी वाली ऑटो कोल आ जा असि बारमुरी बैठे हां तो BMW बोल हां BMW टेंपो च बैठे हां ते हां घर अगे ते YouTube वाले सुनो देखनो तरस रहे भी रैपर मुंडा केड़ा गा ते आ जा मेरा भाई फोन का भी लगा है हां वीरे फोन लगा हुआ देखो काली नाम दा मुंडे BMW 3-wheeler मतलब जिथे गदर फिल्म धुमा मचदा जांदा जेड़ा मैं इन बुक करा गया जिंदगी सफल आई जिंदगी सफल साउथ फिल्म टेंपो देखा होना साउथ फिल्म सेंटर फ्रूट कैसी जीप
ਹਾਂਜੀ ਗੱਲ ਇੱਕ ਹੋਰ ਸੀ ਜਿਹੜਾ ਆਪਣਾ ਬਾਈ ਅਕਸ਼ੇ ਕੁਮਾਰ ਇਹ ਨਾ ਇੱਕ ਕੁਛ ਬੋਲਣਾ ਚਾਹੁੰਦਾ ਤੁਸੀਂ ਗੱਲ ਸੁਣਿਓ ਜੀ ਸੁਣਦੇ ਨੇ ਯਾਰ ਸਾਡੇ ਕੋਲ ਵੱਡੀ ਕਾਰ ਹੋਵੇ ਤੇ ਵੱਡੀ ਕੁਛ ਵੀ ਲਾ ਲਓ ਬੰਗਲਾ ਹੋਵੇ ਚਾਹੇ ਵੱਡੀ ਕਾਰ ਗੱਡੀ ਸਾਰੇ ਸੁਣਦੇ ਹੁੰਦੇ ਨੇ ਹਾਂ ਮੈਨੇ ਵੀ ਆਹੀ ਸੋਚਿਆ ਸੀ ਮੇਰੇ ਕੋਲ ਵੀ ਇੱਕ ਬਹੁਤ ਵੱਡੀ ਕਾਰ ਹੋਵੇ ਯਾਰ ਠੀਕ ਆ ਤੇ ਬਸ ਮੈਂ ਉਹਦੇ ਤੇ ਕੱਪੜਾ ਮਾਰ ਰਿਹਾ ਵਾਂ ਤੇ ਇਹਦੇ ਟਾਇਰ ਸਾਫ਼ ਕਰ ਨੌਕਰ ਚਾਹੇ ਮੇਰੇ ਕੋਲ ਕਾਰ ਹੋਵੇ ਔਰ ਮੈਂ ਕਾਰ ਤੇ ਮਾਰ ਰਿਹਾ ਕੱਪੜਾ ਇਹ ਤਾਂ ਤੁਹਾਨੂੰ ਪਤਾ ਹੀ ਇਹ ਤਾਂ ਗੱਲ ਵੱਖਰੀ ਆ ਗੋਪੀ ਬਹੂ ਬਾਰੇ ਕੁਛ ਬੋਲਦੇ ਦੋ ਲਾਈਨਾਂ ਕਿਹਦੇ ਵਾਸਤੇ ਗੋਪੀ ਬਹੂ ਗੋਪੀ ਬਹੂ ਗੋਪੀ ਬਹੂ ਦੇ ਯਾਰ ਨਾਟਕ ਹੀ ਨੀ ਦੇਖਿਆ ਮੈਂ ਤਾਂ ਕੋਈ ਨਾ ਮੈਂ ਸ਼ੇਅਰ ਕਰ ਦੂੰਗਾ ਤੇ ਤੁਸੀਂ ਬਾਈ ਦਾ ਚੈੱਕ ਕਰ ਲਿਓ ਕੋਈ ਨਾ ਮੈਂ ਸਾਰੇ ਕਿਤੇ ਸ਼ੇਅਰ ਕਰ ਦੂੰਗਾ ਇੰਸਟਾਗ੍ਰਾਮ ਫੇਸਬੁੱਕ ਤੇ ਆਪਣਾ ਯੂਟਿਊਬ ਦੇ ਉੱਪਰ ਮੈਂ ਇੱਕ ਪਹਿਲਾਂ ਵਲੌਗ ਵੀ ਪਾਉਂਗਾ ਜਦੋਂ ਆਪਾਂ ਸ਼ੂਟ ਕਰਨਾ ਗਾਣਾ ਤੇ ਵੀਡੀਓ ਮੇਰੇ ਕਿੰਨਾ ਗੁਰ ਆ ਰਿਹਾ ਮੇਰਾ ਆ ਬਾਕੀ ਦੇ ਪਿੱਛੇ ਕਾਲੇ ਬੈਠਣੇ ਕਾਲੇ ਰੱਬ ਨੂੰ ਪਿਆਰੇ ਮਿੱਤਰਾਂ ਦਾ ਰੰਗ ਪੱਕਾ ਭੀਮ ਵਰਗਾ ਨਹੀਂ ਨਹੀਂ ਕਹਿੰਦਾ ਗੋਰੇ ਪਹਿਲਾਂ ਵੀ ਤਗਾ ਕਰਦੀ ਹੁਣ ਵੀ ਤਗਾ ਕਰਦੇ ਨੇ ਪੱਕੇ ਰੰਗ ਦੇ ਨੀ ਅੱਛਾ ਮੇਰੇ ਵਰਗੇ ਵੀ ਹੈ ਹੋਰ ਕੀ ਗੱਲ ਬਾਤ ਹੋਰ ਆਪਾਂ ਸੁਣਾ ਦਿੰਨੇ ਆ ਸੁਣਾਓ ਫਿਰ ਕੀ ਕਹਿ ਜੀ ਆਪਣੇ ਦੁਬਾਰੋ ਕੀ ਕਿਹੜਾ ਡਾਇਲੋਗ ਯਾਦ ਕੀਤਾ ਸੀਗਾ ਮੈਂ ਭੁੱਲ ਜੇ ਗਏ ਯਾਰ ਕਿਹੜਾ ਸੀਗਾ ਦੇਖ ਲੈ ਯਾਦ ਆ ਜੂਗਾ ਨੰਬਰ ਤਾਂ ਕਿਸੇ ਦਾ ਯਾਦ ਨਹੀਂ ਹੁੰਦਾ ਇੱਥੇ ਮੇਰੇ ਕੋਲ ਨੰਬਰ ਯਾਦ ਕਰੂੰਗਾ ਸ਼ਾਇਰੀ ਬੋਲੂਗਾ ਆਪਣਾ ਬਾਈ ਜੋਨੀ ਧੂਰੀ ਲੋ ਜੀ ਹੁਣ ਕਰਨ ਲੱਗਿਆ ਆਪਣਾ ਬਾਈ ਜੋਨੀ ਸ਼ੁਰੂਆਤ ਆਪਣੀ ਸ਼ਾਇਰੀ ਦੀ ਚਲੋ ਬਾਈ ਕਰੋ ਸ਼ੁਰੂਆਤ ਫਿਰ ਕਹਿੰਦਾ ਜਿੰਨਾ ਨੀਵਾਂ ਹੋ ਕੇ ਚੱਲੇਗਾ ਜਿੰਨਾ ਨੀਵਾਂ ਹੋ ਕੇ ਚੱਲੇਗਾ ਉਸ ਵਾਹਿਗੁਰੂ ਨੇ ਤੈਨੂੰ ਦੇਖ ਲੈਣਾ ਹੈ ਜਿੰਨਾ ਨੀਵਾਂ ਹੋ ਕੇ ਚੱਲੇਗਾ ਉਸ ਵਾਹਿਗੁਰੂ ਤੈਨੂੰ ਦੇਖ ਲੈਣਾ ਹੈ ਕਹਿੰਦਾ ਕਾਕਾ ਦੁਨੀਆਦਾਰੀ ਤੈਨੂੰ ਕੁਝ ਨੀ ਦੇਣਾ ਜਿਹੜਾ ਕੁਛ ਉਹਨੇ ਦੇਣਾ ਨਾ ਉਹਨੇ ਦੇ ਹੀ ਦੇਣਾ ਹੈ ਜਿਹੜਾ ਕੁਛ ਉਹਨੇ ਦੇਣਾ ਉਹਨੇ ਦੇ ਠੋਕੋ ਤਾੜੀ ਓਕੇ ਕੈਂਟ ਲੱਗਿਆ ਨੀਚੇ ਕਮੈਂਟ ਕਰ ਦਿਓ ਬਾਈ ਵਾਸਤੇ ਕੁਛ ਤੇ ਬਾਈ ਪੜ ਲੂਗਾ ਆਪਣੇ ਕਮੈਂਟ ਤੇ ਨਾਲੇ ਮੇਰੀ ਵੀ ਰੀਚ ਵਧੂਗੀ ਯੂਟਿਊਬ ਤੇ ਕਹਿੰਦੇ ਹੈ ਗਾਂਧੀ ਹੋਰ ਥਾਂ ਤੇ ਜਾ ਕੇ ਸ਼ੂਟ ਕਰਦੇ ਆ ਲੋ ਜੀ ਆਪਾਂ ਹੁਣ ਚੱਲਦੇ ਆ ਪਾਰਕ ਦੇ ਵਿੱਚ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ ਗੋਲ ਪਾਰਕ ਦੇ ਵਿੱਚ ਜਾ ਕੇ ਸਾਹਮਣੇ ਆਪਣਾ ਪਾਰਕ ਇੱਧਰ ਆਪਾਂ ਉੱਧਰ ਹੀ ਜਾ ਰਹੇ ਹਾਂ ਆਪਣਾ ਬਾਈ ਵੀ ਹੈ ਨਾਲ ਤੇ ਜੋਨੀ ਲੰਘ ਗਿਆ ਅੱਗੇ ਜਾ ਰਹੇ ਹਾਂ ਹੌਲੀ ਹੌਲੀ ਆਹ ਦੇਖੋ ਮੁੰਡੇ ਬੈਠੇ ਨੇ ਇੱਧਰ ਸਾਹਮਣੇ ਜਾ ਰਹੇ ਹਾਂ ਇੱਧਰ ਹੌਲੀ ਹੌਲੀ ਜਾ ਰਿਹਾ ਪਾਰਕ ਦੇ ਵਿੱਚ ਤੇ ਟਾਈਮ ਹੋ ਚੁੱਕਿਆ ਜੀ 11:55 ਉਹ ਸਾਹਮਣੇ ਪਾਰਕ ਦੇਖੋ ਇੱਧਰ ਉਹਦੇ ਵਿੱਚ ਹੀ ਜਾਣਾ ਆਪਾਂ ਨੇ ਜਿਹੜਾ ਇਹ ਪਾਰਕ ਹੈ ਇਹਦਾ ਨਾਮ ਹੈਗਾ ਗੋਲ ਪਾਰਕ ਜੋ ਕਿ ਧੂਰੀ ਤੇ ਲਵੀ ਆ ਧੂਰੀ ਦੇ ਵਿੱਚ ਹੀ ਹੈਗਾ ਕਰਦੇ ਆ ਐਂਟਰੀ ਪਾਰਕ ਦੀ ਬਾਹਰ ਲੱਗ ਗਈ ਫੋਨ ਚੱਕਿਆ ਹੋਇਆ ਵੈਸੇ ਭਾਰੀ ਤਾਂ ਨਹੀਂ ਹੈਗਾ ਫੋਨ ਤੇ
ਜਿਹੜਾ ਇਹ ਪਾਰਕ ਆ ਪੂਰਾ ਗੋਲ ਆ, ਤਾਂ ਹੀ ਇਹਦਾ ਨਾਮ ਗੋਲ ਪਾਰਕ ਰੱਖਿਆ ਹੋਇਆ। ਜਮੀ ਗੋਲ ਆ ਇਹ, ਚੱਕਰ ਵਰਗਾ। ਜੋਨੀ ਬਾਈ ਵੀ ਆ ਗਿਆ ਆਪਣਾ ਐਕਟਰ, ਬਾਅਦ ਮੈਂ ਲੱਗ ਗਏ ਅੰਦਰ ਬੈਠਾ ਆਪਣਾ ਕਾਲੀ ਬਾਈ ਜੋ ਕਿ ਰੈਪਰ ਆ। ਉਹ ਬਾਈ ਦਾ ਵੀ ਵਿੱਚ ਰੈਪ ਆਉਣਾ ਗਾ, ਜਿਹੜਾ ਆਪਣੇ ਬਾਈ ਦਾ ਗਾਣਾ ਗਾ ਜੋਨੀ ਦਾ, ਜੱਟ ਦੀ ਸਕੀਮ ਚੱਲੂਗੀ। ਆਹ ਬਾਈ ਜਵਾਕਾਂ ਨਾਲ ਖੇਡਣ ਜਾ ਰਿਹਾ, ਕਹਿੰਦਾ ਮੇਰੀ ਵੀਡੀਓ ਬਣਾ। ਮੈਂ ਕਿਹਾ ਚਲੋ ਬਣਾ ਦਿੰਦੇ ਆ। ਲਓ ਜੀ ਹੁਣ ਮੈਦਾਨ ਦੇ ਵਿੱਚ ਆ ਗਏ ਆਕਾਸ਼ ਤੇ ਜੋਨੀ ਬਾਈ, ਦੋਨੇ ਖੇਡਣ ਗਏ। ਤਾਂ ਪਹਿਲੀ ਡਿੱਗ ਗਿਆ, ਡਿੱਗ ਲਈ ਉਹਨੇ ਚਿੜੀ। ਆਹ ਦੇਖੋ ਇੱਕ ਇੱਧਰ ਮੁੰਡਾ ਜਾ ਰਿਹਾ, ਆਹ ਦੇਖ ਗੁਰਪ੍ਰੀਤ ਵੀ ਹੁਣ ਲੱਗਿਆ ਖੇਡਣ। ਆਹ ਦੇਖ ਬੜਾ ਹੀ ਆਨੰਦ ਲੈ ਰਿਹਾ, ਕਹਿੰਦੇ ਕਹਿੰਦਾ ਨਜ਼ਾਰਾ ਹੀ ਆ ਗਿਆ, ਕਹਿੰਦੇ ਕਹਿੰਦਾ ਚੱਕਿਆ ਮੁੰਡੇ ਨੇ ਮਾਰਿਆ, ਕਹਿੰਦੇ ਗੁਰਪ੍ਰੀਤ ਨੂੰ ਕੱਢਤਾ ਗੇਮ ਚੋਂ ਬਾਹਰ। ਅੱਛਾ ਥੱਲੇ ਡਿੱਗ ਗਈ, ਮੈਂ ਜ਼ਿਆਦਾ ਹੀ ਸੀਰੀਅਸ ਹੋ ਗਿਆ ਸੀ, ਆਹ ਮੁੰਡੇ ਦੇ ਨਾਲ ਪੈ ਗਈ ਧੱਕ ਗੁਰਪ੍ਰੀਤ ਦੀ। ਓਹੋ ਕਹਿੰਦੇ ਜਵਾਕ ਨੇ ਪੂਰੀ ਕੋਸ਼ਿਸ਼ ਕੀਤੀ। ਪਲੇਅਰ ਚੇਂਜ ਕਰਤਾ ਗੁਰਪ੍ਰੀਤ ਨੇ, ਫਿਰ ਜਵਾਕ ਦੇ ਨਾਲ ਫਾਈਟ ਪੈ ਗਈ ਹੈ ਇਹਦੀ। ਕਹਿੰਦੇ ਗੁਰਪ੍ਰੀਤ ਨੇ ਦੂਜੇ ਨੂੰ ਵੀ ਆਊਟ ਕਰਤਾ। ਥੋੜੇ ਟਾਈਮ ਬਾਅਦ ਦੇਖਾਂਗੇ ਅਸੀਂ ਬੈਟਲ ਲਾ ਕੇ। ਆਹ ਲੱਗੋ ਆਹ ਮਾਰਿਆ, ਆਹ ਚੱਕੀ ਇਹਨੇ। ਓਹੋ ਫਿਰ ਤੀਜੇ ਪਲੇਅਰ ਨੂੰ ਵੀ ਕੱਢਤਾ ਬਾਹਰੇ। ਕਹਿੰਦੇ ਗੁਰਪ੍ਰੀਤ ਆਪਾਂ ਦਿਨੇ ਲਾਈਏ, ਮੇਰੇ ਵੀਰੋ ਹੁਣ ਲੱਗ ਗਿਆ ਗੁਰਪ੍ਰੀਤ ਤੇ ਆਕਾਸ਼ ਧੂਰੀ ਗੁਰਪ੍ਰੀਤ ਸੰਗਰੂਰ ਚੈਂਪੀਅਨਸ਼ਿਪ ਚੱਲ ਰਹੀ ਆ, ਗੋਲਡ ਮੈਡਲ ਦੇਖਦੇ ਕਿਹਦੇ ਹੱਥ ਚ ਆਊਗਾ। ਲੈ ਵੀ ਗੁਰਪ੍ਰੀਤ ਜਿੱਤ ਚੁੱਕਿਆ ਵੀਰੇ, ਹੱਥ ਖੜਾ ਕਰ ਦੋ ਟਰਾਫੀ ਦੋ। ਗੁਰਪ੍ਰੀਤ ਜਿੱਤ ਗਿਆ, ਗੁਰਪ੍ਰੀਤ ਜਿੱਤ ਗਿਆ। ਆ ਇਹਨੂੰ ਕੁਛ ਨੀ ਮਿਲਣਾ ਵੀਰੇ, ਦੋਨਾਂ ਦੀ ਬੈਟਲ। ਆ ਕਹਿੰਦੇ ਬੜਾ ਤਗੜਾ, ਕਹਿੰਦੇ ਬੜਾ ਤਗੜਾ, ਕਹਿੰਦੇ ਬੜਾ ਬੜਾ ਤਗੜਾ, ਕਹਿੰਦੇ ਅੱਜ ਆਪਣਾ ਬਾਈ ਬੈਠਾ ਕਾਲੀ ਰੈਪਰ, ਇਹਦਾ ਵੀ ਗਾਣੇ ਦੇ ਵਿੱਚ ਰੈਪ ਹੋਊਗਾ। ਇੰਟਰੋਡਿਊਸ ਕਰਾ ਦੋ ਬਾਈ ਨੂੰ, ਕਰਾ ਦੋ ਕਰਾ ਦੋ। ਹਾਂਜੀ ਹੈਲੋ ਬ੍ਰਦਰ, ਹੈਲੋ, ਦੋ ਸ਼ਬਦ ਬੋਲ ਦੋ ਮੇਰੇ ਬਾਰੇ ਤੇ ਆਪਦੇ ਬਾਰੇ। ਮੈਂ ਕੈਡੀ ਰੈਪਰ ਆਉਣ ਵਾਲਾ, ਤੇ ਮੇਰਾ ਵੀਰ ਗੁਰੀ ਮੇਰੀ ਬਹੁਤ ਸਪੋਰਟ ਕਰ ਰਿਹਾ, ਤੇ ਮੇਰਾ ਜੋਨੀ ਵੀਰ ਜਿਹਦੇ ਗਾਣੇ ਵਿੱਚ ਮੈਂ ਰੈਪ ਕਰਨਾ। ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਮੈਨੂੰ ਸਪੋਰਟ ਕਰੋ ਅਤੇ ਆਪਦੇ ਵੀਰ ਨੂੰ ਉਚਾਈਆਂ ਤੱਕ ਪਹੁੰਚਾਉਣ 'ਚ ਉਹਦੀ ਹੈਲਪ ਕਰੋ। ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਗੁਰਪ੍ਰੀਤ ਬ੍ਰੋ? ਬਸ ਕਹਿਤਾ ਤਾਂ ਬਾਈ ਨੇ ਕਹਿਤਾ, ਉਹੀ ਬਹੁਤ ਹੈ। ਦੇਖੋ ਇੱਕ ਤਾਂ ਮੁੰਡਾ ਆ ਸੀਗਾ ਭੱਜ ਗਿਆ ਵੀਡੀਓ ਦੇਖ ਕੇ, ਅਤੇ ਇੱਕ ਆ ਬੈਠਾ, ਸਾਰੇ ਭੱਜੀ ਜਾਂਦੇ ਨੇ, ਇੱਕ ਮੁੰਡਾ ਆ ਸੀਗਾ। ਹਾਂ ਬਈ ਕਿਵੇਂ ਆ? ਠੀਕ ਆ, ਖੇਡ ਰਹੇ ਹਾਂ ਫਿਰ ਬੈਡਮਿੰਟਨ। ਆ ਕੇ ਦੇਖੋ ਇਹ ਭੱਜ ਰਹੇ ਨੇ ਵੀਡੀਓ ਨੂੰ ਦੇਖ ਕੇ, ਆਦੇ ਹੁਣ ਮੂਹਰੇ ਆਉਣ ਲੱਗੇ। ਖੇਡੋ ਖੇਡੋ, ਬਸ ਬਸ, ਬਹੁਤ ਬਹੁਤ ਬਹੁਤ। ਆਪਣੇ ਕੇੜੀ ਬਾਈ ਤੋਂ ਆਪਣਾ ਇੱਕ ਰੈਪ, ਤੇ ਦੇਖਦੇ ਫਿਰ ਕਿਹੋ ਜਿਹਾ ਆਪਣਾ ਬਾਈ ਕਰਦਾ ਪਰਫਾਰਮ। ਚਲੋ ਬਾਈ ਸ਼ੁਰੂਆਤ ਕਰੋ ਇੱਕ ਰੈਪ ਦੀ। ਸ਼ਮਸ਼ਾਨ ਚ ਜ਼ਿੰਦਗੀ ਗੁਜ਼ਾਰਾ ਮੈਂ, ਹੁਣ ਲੱਭਦਾ ਨਹੀਂ ਸਹਾਰਾ ਮੈਂ, ਸੜਕਾਂ ਤੇ ਵੀਰਾ ਅਵਾਰਾ ਮੈਂ, ਲੁੱਟਦਾ ਵੀਰਾ ਬਹਾਰਾ ਮੈਂ। ਆਜੋ ਖੇਡ ਖੇਡੀਏ ਮੌਤ ਦਾ, ਕੱਲੇ ਕੱਲੇ ਨੂੰ ਦੇਖੀ ਦਬੋਚਦਾ ਵੇਰੀ, ਮੈਥੋਂ ਥਰ ਥਰ ਕੰਬਦੇ ਘਰ ਦਾ ਬਾਹਰ ਮੈਂ ਫਿਰ ਨਹੀਂ ਸੋਚਦਾ। ਕਿਆ ਬਾਤ ਹੈ, ਬਹੁਤ ਘੈਂਟ ਕੀਤਾ ਬਾਈ ਨੇ, ਜੇ ਚੰਗਾ ਲੱਗੇ ਤਾਂ ਸ਼ੇਅਰ ਕਰ ਦੇ ਵੀਡੀਓ। ਤੇ ਬਾਈ ਦਾ ਨਾਮ ਕਿਹੜੀ ਆ? ਲਓ ਜੀ ਹੁਣ ਆਪਾਂ ਕਰਾਂਗੇ ਆਪਣੇ ਜੋਨੀ ਬਾਈ ਦਾ ਫੋਟੋ ਸ਼ੂਟ। ਕੋਈ ਮੇਰੇ ਲਈ ਇੱਕ ਫੋਨ ਆ ਐਮ ਆਈ ਦਾ A1, ਤੇ ਦੇਖ ਲਓ ਤੁਸੀਂ, ਮੈਂ ਅੱਗੇ ਫੋਟੋ ਲਾ ਦੂੰਗਾ ਜਦੋਂ ਮੈਨੂੰ ਖਿੱਚ ਲਈ। ਵੀਰੇ ਕਹਿੰਦੇ ਵਿਹਲੇ ਬੈਠੇ ਤਾਂ ਕਹਿੰਦਾ ਜੀ ਨਹੀਂ ਲੱਗਦਾ, ਕਹਿੰਦੇ ਹੁਣ ਫੋਟੋ ਹੀ ਸ਼ੂਟ ਕਰ ਲੈਂਦੇ, ਹੁਣ ਦਿਨ ਲੰਘਾਈਏ ਕਿਵੇਂ, ਪੂਰਾ ਪੰਜਾਬ ਏ ਬੰਦ ਆ, ਇਸ ਕਰਕੇ ਅਸੀਂ ਪਾਰਕ 'ਚ ਜਾ ਕੇ ਬੈਠੇ ਹਾਂ। ਕਹਿੰਦੇ ਖਿੱਚਦੀ ਮੁੰਡੇ ਨੇ ਫੋਟੋ, ਕਹਿੰਦੇ ਹੁਣ ਪਤਾ ਲੱਗੇਗਾ ਬਾਅਦ 'ਚ ਕੀ ਫੋਟੋ ਦੀ ਗੱਲਬਾਤ। ਰਵੀ
इधर भी फोटो शूट हो रहा है। सिरा फोटो ये पूरी सिरा। ओके भैया ये मेरे दोस्त ने सारे फ्रेंड ने यार देखो हम घैंट घैंट फोटो खींचन गए। लो जी हुण आपां ये फोटो खिंचा थोड़ी लो एंगल दे विच थल्ले बैठ के कैमरा थल्ले आ देखो थल्ले रख के फिर थोड़ा ब्लर करके फोटो खींचते ਐਂ ਰੱਖੀ ਇੱਕ ਵਾਰ ਹੋਰ ਖਿੱਚੋ ਇੱਕ ਵਾਰ ਹੋਰ ਕੈਮਰੇ ਕਿ ਨਹੀਂ ਦੇਖੀ ਸਾਹਮਣੇ ਥੱਲੇ ਥੱਲੇ ਕੈਮਰੇ 'ਚ ਵਿੱਚ ਦੇਖ ਗਰਦਨ ਥੱਲੇ ਕਰਕੇ ਗਰਦਨ ਥੱਲੇ ਕਰਕੇ ਹਾਂ ਨਾ ਨਾ ਕੈਮਰੇ ਕਿ ਨਹੀਂ ਦੇਖ ਬਾ ਠੀਕ ਹੈ ਓਕੇ ਕਿਹੜੀ ਦਾ ਹੋਇਆ ਬੁਰਾ ਹਾਲ ਕਿਹੜੀ ਲੈ ਵੀ ਮੇਰੇ ਵੀਰੇ ਨੇ ਖਿੱਚਦੀ ਫੋਟੋ ਬਹੁਤ ਘੈਂਟ ਆਈ ਬਾਲੀ ਜਾਂਦੀ ਘੈਂਟ ਆਈ ਆ ਕਿਹੜੀ ਖੁਸ਼ ਆ ਦੇਖੀ ਮਾੜਾ ਚੱਕੀ ਤੈਨੂੰ ਬਾਈ ਇਹ ਬੰਦੇ ਦੀ ਫੋਟੋ ਵਿਚਾਰੇ ਦੀ ਸਹੀ ਨਹੀਂ ਚਾਹੁੰਦੀ ਹੁਣ ਅਸੀਂ ਪੂਰੀ ਬ੍ਰਾਂਡ ਫੋਟੋ ਬਣਾਈ ਆ ਪੂਰੀ ਖਿੱਚੀ ਗਿਣਿਆ ਹਾਂ ਖਿੱਚੀ ਗਿਣਿਆ ਗੁਰਪ੍ਰੀਤ ਸਿੰਘ ਧਰਮਕੰਡਾ ਫਰੋਮ ਫਰੋਮ ਧਰਮਕੰਡਾ ਧੂਰੀ ਘੜੀ ਵੀ ਗੁਰਪ੍ਰੀਤ ਬਾਈ ਦੇ 20,000 ਵਾਲੀ ਪਈ ਹੈ ਘੜੀ ਕੈਮਰਾ ਵਧੀਆ ਕੈਮਰਾ ਇੰਨੇ ਕੈਮਰਾ ਦੇਖੇ ਆ ਆਪਣੇ ਲਵੇ ਆਈਫੋਨ ਹੈਗਾ ਆਈਫੋਨ ਹੀ ਇਹੀ ਫੋਨ ਆ ਸਿਰਫ ਆਈ A1 ਦੁਆਰਾ ਬੋਲੇ ਨਾ MI ਦਾ A1 ਇਹਦੇ ਨਾਲ ਹੀ ਆਪਾਂ ਸ਼ੂਟ ਕਰਦੇ ਹੁੰਦੇ ਹਾਂ ਕਦੇ ਕਦੇ ਵੈਸੇ ਜ਼ਿਆਦਾਤਰ ਆਪਾਂ ਫੋਟੋ ਖਿੱਚਦੇ ਹਾਂ ਕੈਮਰੇ ਨਾਲ ਅਤੇ ਅੱਜ ਇਹਦੇ ਨਾਲ ਸ਼ੂਟ ਕਰ ਰਹੇ ਹਾਂ ਅੱਜ ਆਪਣੇ ਕੋਲ ਕੈਮਰਾ ਨਹੀਂ ਹੈਗਾ ਅਤੇ ਚਲੋ ਹੁਣ ਵਲੌਗ ਬਣਾ ਰਹੇ ਸੀ ਅਤੇ ਨਾਲ ਹੀ ਹੁਣ ਫੋਟੋ ਖਿੱਚਣ ਲੱਗ ਗਏ ਮੈਂ ਵੀ ਹੁਣ ਸਾਡੇ ਗੁਰੀ ਭਾਅ ਜੀ ਦੀ ਫੋਟੋ ਖਿੱਚਣੀ ਆ ਲਵੇ ਨੂੰ ਕੈਂਸਲ ਖਿੱਚਦੇ ਬਾਈ ਫੋਟੋ ਇੰਨੇ ਨੂੰ ਤਾਂ ਅਸੀਂ ਉਹ ਲੱਡੂ ਜਲੇਬੀ ਵੀ ਖਾ ਲੈਂਦੇ क्या बात है सिरा फोटो ये सिरा दो महीने लग गए मेरी फोटो खींचने वास्ते ਸਿਰਾ ਫੋਟੋਆਂ ਕਿੰਨਾ ਕੁ ਟਾਈਮ ਲੱਗ ਜੂ ਫੋਟੋ ਬਣਾਉਣ ਲੱਗ ਜਾਣਗੇ 2-4 ਹਜ਼ਾਰ ਸਾਲ ਛੇ ਹਜ਼ਾਰ ਸਣ ਦੇ ਵਿੱਚ ਆਊਗੀ ਹੈ ਮਤਲਬ ਇਹਦੇ ਅਖਬਾਰਾਂ 'ਚ ਫੋਟੋ ਹੋਊਗੀ ਕਾਹਲੀ ਤੂੰ ਕੀ ਖਾਈ ਜਾਂਦਾ ਓਏ ओके भैया ये तो ऐ नहीं लगे जे पहली दूजी क्लास च पढ़ते आप सारे जने ਆਪਣੇ ਵਲੌਗ ਦਾ ਹੋ ਗਿਆ ਹੁਣ ਐਂਡ ਤੇ ਚਲੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਲਵ ਯੂ ਆਲ